ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਜਿਨੇ ਇੱਕ ਪਰਸਨ ਦੇ ਤਹਿਤ ਕਿਵੇਂ ਸੰਤ ਸੰਪੂਰਨ ਆਨੰਦ ਜੀ ਦੇ ਸਮੇਂ ਦੇ ਵਿੱਚ ਜਦੋਂ ਕਾਲ ਦੇ ਟਾਈਮ ਉਸ ਨਿਰੰਕਾਰ ਪਰਿਪਰਮਾਤਮਾ ਨੇ ਜਦ ਭੋਜ ਪੰਡਾਰੇ ਭੁੱਖੇ ਲੋਕਾਂ ਵਾਸਤੇ ਚਲਾਏ ਇਸ ਘਟਨਾ ਦਾ ਜ਼ਿਕਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਇੱਕ ਸੰਤ ਹੈ ਨਾ ਸੰਪੂਰਨ ਆਨੰਦ ਜੀ ਹੋਏ ਆ ਇਹ ਜਿਹੜੇ ਸੰਪੂਰਨ ਆਨੰਦ ਮਹਾਪੁਰਖ ਸਿਗੇ ਆ ਇਹ ਦਿਗੰਬਰ ਸਾਧੂ ਹੋਏ ਆ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਨੇ ਆਪਣੀ ਇੱਕ ਘਟਨਾ ਦਾ ਵਰਣਨ ਕੀਤਾ ਜਦੋਂ ਇੱਥੇ ਹਿੰਦੁਸਤਾਨ ਦੇ ਉੱਤੇ ਗੋਰਿਆਂ ਦਾ ਸ਼ਾਸਨ ਸੀਗਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਵਾਰ ਹਨਾ ਇੱਥੇ ਭੁੱਖਮਰੀ ਹਿੰਦੁਸਤਾਨ ਦੇ ਵਿੱਚ ਬੜੀ ਪਈ ਕਹਿੰਦੇ ਅਸੀਂ ਦਿਗੰਬਰ ਸਾਧੂ ਹੋਣ ਦੇ ਨਾਲ ਜਿੱਥੇ ਵੀ ਕਿਤੇ ਵਿਚਰਦੇ ਸੀਗੇ ਤੇ ਅਸੀਂ ਰੱਬ ਦਾ ਭਜਨ ਸਿਮਰਨ ਤਾਂ ਕਰਦੇ ਸੀ ਪਰ ਸਾਡੇ ਖਾਣ ਵਾਸਤੇ ਕੋਈ ਨਾ ਕੋਈ ਜੋ ਵਿਧੀ ਸੀ ਜਾਂ ਜੋ ਵੀ ਅਰੇਂਜਮੈਂਟ ਹੁੰਦਾ ਸੀ ਹੈਨਾ ਕਹਿੰਦੇ ਉਹ ਵਾਹਿਗੁਰੂ ਕਰ ਹੀ ਦਿੰਦਾ ਸੀਗਾ ਸਾਨੂੰ ਖਾਣ ਵਾਸਤੇ ਪਦਾਰਥ ਇਹਦੇ ਸੀ ਅਕਸਰ ਪਹੁੰਚ ਜਾਂਦੇ ਸੀ ਇਸ ਕਰਕੇ ਅਸੀਂ ਬਿਲਕੁਲ ਬੇਪਰਵਾਹ ਹੋ ਗਏ ਜਿਹੜੇ ਸੀ ਉਹ ਭਜਨ ਸਿਮਰਨ ਆਨੰਦ ਦੇ ਵਿੱਚ ਦਾ ਮਸਤ ਰਹਿੰਦੇ ਸੀ ਕਹਿੰਦੇ ਇੱਕ ਵਾਰ ਕੀ ਹੋਇਆ ਕਿ ਅਸੀਂ ਹੈਨਾ ਇੱਕ ਕਿਸੇ ਬਰਖਸ਼ ਦੇ ਥੱਲੇ ਜਿਹੜੇ ਸੀ ਭਜਨ ਸਿਮਰਨ ਤੇ ਬੈਠੇ ਹੋਏ ਸੀ ਕਹਿੰਦੇ ਵੀ ਅਸੀਂ ਹਨਾ ਕੁਝ ਰੌਲਾ ਸੁਣਿਆ ਜਾਂ ਤੇ ਕੁਝ ਕਰਲਾਟ ਸੁਣੀ ਕਹਿੰਦੇ ਅਚਨਚੇਤ ਸਾਡੀ ਅੱਖ ਖੁੱਲੀ ਅਸੀਂ ਕੀ ਦੇਖਿਆ ਕੋਈ ਕੁਝ ਪਿੰਡ ਦੇ ਜਿਹੜੇ ਆਦਮੀ ਸੀ ਜਾਂ ਜਨਾਨੀਆਂ ਸੀਗੀਆਂ ਕੁਝ ਬੱਚੇ ਸੀਗੇ ਕਹਿੰਦੇ ਉਹ ਬਹੁਤ ਦਾਹੀ ਜਿਹੜੇ ਸੀ ਉਥੋਂ ਕਹਿੰਦੇ ਵੀ ਟੀਕਾ ਮਾਰਦੇ ਹੋਏ ਕਹਿੰਦੇ ਜਾ ਰਹੇ ਸੀ ਇੰਨੇ ਸਾਡੀ ਨਜ਼ਰ ਉਹਨਾਂ ਤੇ ਪਈ ਤੇ ਕਹਿੰਦੇ ਵੀ ਉਹਨਾਂ ਦੀ ਇਹ ਹਾਲਤ ਦੇਖ ਕੇ ਕਹਿੰਦੇ ਵੀ ਅਸੀਂ ਅੰਦਾਜ਼ਾ ਲਾ ਲਿਆ ਵੀ ਪਤਾ ਨਹੀਂ ਕੀ ਗੱਲ ਹੋਈ ਪਰ ਕਹਿੰਦੇ ਵੀ ਉਹਨਾਂ ਦੀਆਂ ਗੱਲਾਂ ਤੋਂ ਸਾਨੂੰ ਪ੍ਰਤੀਤ ਹੋਇਆ ਵੀ ਇਹ ਜਿਹੜੇ ਲੋਕੀ ਆ ਭੁੱਖਮਰੀ ਦਾ ਸ਼ਿਕਾਰ ਹੋ ਗਏ ਇਸ ਕਰਕੇ ਆਪਣੇ ਘਰ-ਬਾਰ ਛੱਡ ਕੇ ਪਿੰਡ ਛੱਡ ਕੇ ਜਿਹੜੇ ਦੂਰ ਦਰਾਡੇ ਜਿਹੜੇ ਹੈ ਜਿੱਥੇ ਵੀ ਕਿਤੇ ਕੋਈ ਭੋਜਨ ਦਾ ਬੰਦਵਸਤ ਹੁੰਦਾ ਹਨ ਉਸ ਤਲਾਸ਼ 'ਚ ਨਿਕਲ ਚੁੱਕੇ ਆ ਉਸ ਤੋਂ ਬਾਅਦ ਕਹਿੰਦੇ ਵੀ ਪਿੰਡਾਂ ਦੇ ਪਿੰਡ ਖਾਲੀ ਹੋਣ ਲੱਗ ਪਏ ਅਸੀਂ ਇਹ ਜਿਹੜਾ ਅਸੀਂ ਸਾਰਾ ਜੋ ਉਸ ਸਮੇਂ ਦਾ ਕਾਲ ਦਾ ਸਮਾਜ ਹੈਗਾ ਭੁੱਖਮਰੀ ਦਾ ਮਹਾਂਪੁਰਖ ਦਾਦੇ ਸੀ ਅਸੀਂ ਅੱਖੀਂ ਦੇਖਿਆ ਜਦ ਕਹਿੰਦੇ ਅਸੀਂ ਅੱਖੀਂ ਦੇਖਿਆ ਸਾਡੇ ਕੋ ਕਹਿੰਦੇ ਬੱਚਿਆਂ ਦੀ ਹਾਲਤ ਜਿਹੜੀ ਸੀਗੀ ਉਹ ਦੇਖਣੀ ਸੀ ਹੁੰਦੀ ਕਹਿੰਦੇ ਸਾਨੂੰ ਬੜਾ ਤਰਸ ਆਇਆ ਜਾਂ ਤਰਸ ਆਇਆ ਕਹਿੰਦੇ ਅਸੀਂ ਮਨ 'ਚ ਸੋਚਿਆ ਵੀ ਦੇਖੋ ਇੰਨੀ ਭੁੱਖਮਰੀ ਦਾ ਕਾਲ ਆ ਤੇ ਜਾਨਵਰ ਪੰਛੀ ਤਾਂ ਇੱਕ ਪਾਸੇ ਰਹੇ ਬੰਦੇ ਨੂੰ ਰੋਟੀ ਤੱਕ ਨਸੀਬ ਨਹੀਂ ਹੁੰਦੀ ਤੇ ਲੋਕੀ ਘਰ ਮਕਾਨ ਛੱਡ ਕੇ ਜਿਹੜੇ ਹੈ ਦੂਰ ਦਰਾਡੇ ਜਾ ਰਹੇ ਆ ਬਹੁਤ ਮੁਸ਼ਕਲ ਹੋ ਗਈ ਆ ਤੇ ਇਹੋ ਜਿਹਾ ਕਿਹੜਾ ਸਮਾਂ ਆ ਗਿਆ ਜਿਹਦੇ ਵਿੱਚ ਲੋਕਾਂ ਨੂੰ ਇਸ ਭੁੱਖਮਰੀ ਦਾ ਕਹਿੰਦੇ ਸ਼ਿਕਾਰ ਹੋਣਾ ਪਿਆ ਫਿਰ ਕਹਿੰਦੇ ਸਾਡੇ ਮਨ 'ਚ ਆਇਆ ਕਿ ਸਾਡਾ ਸਰੀਰ ਤਾਂ ਚਾਹੇ ਲੇਖੇ ਲੱਗ ਜਵੇ ਪਰ ਅਸੀਂ ਲੋਕਾਂ ਦੀ ਇਹ ਜਿਹੜੀ ਦੁਰਦਸ਼ਾ ਭੁੱਖਮਰੀ ਦੇ ਨਾਲ ਹੋ ਰਹੀ ਆ ਇਹ ਕਹਿੰਦੇ ਅਸੀਂ ਅੱਖੀ ਨਹੀਂ ਦੇਖ ਸਕਦੇ ਕਹਿੰਦੇ ਸਾਡੇ ਮਨ ਦੇ ਵਿੱਚ ਵਿਚਾਰ ਆਈ ਸਾਨੂੰ ਕਹਿੰਦੇ ਬੜਾ ਲੋਕਾਂ ਤੇ ਤਰਸ ਆਇਆ ਹੁਣ ਕਹਿੰਦੇ ਕੀ ਕਰੀਏ ਕੀ ਨਾ ਕਰੀਏ ਸਾਡੇ ਮਨ 'ਚ ਇਹ ਵੀ ਖਿਆਲ ਆਇਆ ਕਿ ਅਸੀਂ ਸ਼ੁਰੂ ਤੋਂ ਦਗੰਬਰ ਸਾਧੂਆਂ ਕੋਈ ਤੰਤੇ ਕਪੜਾ ਨਹੀਂ ਰੱਖਦੇ ਕੋਈ ਵਸਤੂ ਆਪਣੇ ਪਾਸ ਨਹੀਂ ਰੱਖਦੇ ਹੈਗੇ ਫਿਰ ਵੀ ਉਹ ਨਿਰੰਕਾਰ ਸਾਡਾ ਰੋਟੀ ਦਾ ਬੰਦੋਬਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰ ਦਿੰਦਾ ਹੈਗਾ ਪਰ ਇਹ ਜਿਹੜੇ ਆ ਹਜ਼ਾਰਾਂ ਲੱਖਾਂ ਪ੍ਰਾਣੀ ਹੈਗੇ ਜੋ ਭੁੱਖਮਰੀ ਦਾ ਸ਼ਿਕਾਰ ਹੋਇਆ ਇਹਨਾਂ ਦਾ ਬੰਦੋਬਸਤ ਕੌਣ ਕਰੂਗਾ ਕਹਿੰਦੇ ਅਸੀਂ ਇਸੇ ਖਿਆਲ ਦੇ ਵਿੱਚ ਸੋਚ ਰਹੇ ਸੀ ਅਚਨ ਚੇਤੇ ਅਸੀਂ ਕੀ ਦੇਖਿਆ ਕਿ ਉਹ ਨਿਰੰਕਾਰ ਪਰੀਪੁਰ ਪੁਰਮਾਤਮਾ ਕਹਿੰਦੇ ਕ੍ਰਿਸ਼ਨ ਭਗਵਾਨ ਦੇ ਰੂਪ ਵਿੱਚ ਪ੍ਰਗਟ ਹੋ ਗਏ ਯਾਰ ਕਹਿੰਦੇ ਪ੍ਰਗਟ ਹੋ ਕੇ ਸਭ ਦੇ ਸਾਹਮਣੇ ਆਏ ਤੇ ਸਾਹਮਣੇ ਆਉਂਦੇ ਆ ਸਾਰੀ ਕਿੰਡੇ ਸਾਨੂੰ ਕਹਿਣ ਲੱਗੇ ਕਿ ਤੁਹਾਡੇ ਸੰਕਲਪ ਦੇ ਵਿੱਚ ਇੰਨੀ ਸ਼ਕਤੀ ਹੈ ਅਗਰ ਤੁਸੀਂ ਸੰਕਲਪ ਵੀ ਕਰ ਲਓ ਤੇ ਲੋਕੀ ਜਿਹੜੇ ਆ ਭੁੱਖਮਰੀ ਦੇ ਸ਼ਿਕਾਰ ਤੋਂ ਬਚ ਸਕਦੇ ਆ ਉਹਨਾਂ ਵਾਸਤੇ ਅੰਨ ਪਾਣੀ ਦਾ ਸਾਰਾ ਜਿਹੜਾ ਅਰੇਂਜਮੈਂਟ ਹੈਗਾ ਉਹ ਹੋ ਸਕਦਾ ਹੈਗਾ ਤੁਸੀਂ ਇੱਕ ਵਾਰੀ ਸੰਕਲਪ ਕਰ ਲਓ ਕਿ ਇਹ ਲੋਕੀ ਭੁੱਖਮਰੀ ਦਾ ਸ਼ਿਕਾਰ ਨਾ ਬਣ ਕਿੰਡੇ ਜਦੋਂ ਕ੍ਰਿਸ਼ਨ ਭਗਵਾਨ ਜੀ ਨੇ ਕਹਿੰਦੇ ਸਾਨੂੰ ਇਹ ਗੱਲ ਜਿਹੜੀ ਸੀ ਆਖੀ ਸੀ ਕਹਿੰਦੇ ਅਸੀਂ ਉਹਨਾਂ ਦੀ ਮੂਹ ਨਹੀਂ ਮੂਰਤ ਤੱਕ ਤੱਕ ਚਿਹਰਾ ਤੇ ਕਹਿੰਦੇ ਸੁੰਦਰਤਾ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਅਸੀਂ ਤਾਂ ਉਹਨਾਂ ਦਾ ਇਹ ਚਿਹਰਾ ਨਿਹਾਰਦੇ ਰਹੇ ਤੇ ਅੰਦਰ ਕਹਿੰਦੇ ਸਾਡਾ ਪੂਰਾ ਜਿਹੜਾ ਸੀ ਆਨੰਦ ਤੇ ਖੇੜੇ ਦੇ ਨਾਲ ਭਰ ਗਿਆ ਤੇ ਅੰਦਰੋਂ ਕਹਿੰਦੇ ਵੀ ਆਨੰਦ ਦੇ ਹੜ ਫੁੱਟਣ ਲੱਗੇ ਪਰ ਕਹਿੰਦੇ ਵੀ ਉਹਨਾਂ ਦੀ ਆ ਜਿਹੜੀ ਸੰਕਲਪ ਦੀ ਗੱਲ ਸੀ ਹਨਾ ਸਾਡੇ ਕਹਿੰਦੇ ਮਨ ਨੂੰ ਥੋੜੀ ਜਿਹੀ ਚੁੱਪ ਗਈ ਕਹਿੰਦੇ ਅਚਨ ਚੇ ਸਾਡੇ ਮੂੰਹੋਂ ਸਿੱਧਾ ਇਹ ਨਿਕਲ ਗਿਆ ਅਸੀਂ ਕਿਹਾ ਮੈਂ ਤਾਂ ਸੰਕਲਪ ਤਾਂ ਕਰਾਂ ਅਗਰ ਤੁਹਾਡਾ ਜਿਹੜਾ ਸੰਕਲਪ ਹੈਗਾ ਉਹ ਸੰਕਲਪ ਫਿੱਕਾ ਪੈ ਗਿਆ ਹੋਵੇ ਤੁਸੀਂ ਇੱਕ ਸੰਕਲਪ ਦੇ ਵਿੱਚ ਪੂਰੇ ਬ੍ਰਹਮੰਡ ਸਸ਼ੀ ਨੂੰ ਸਾਜਦੇ ਆਂ ਨਾਸ਼ ਕਰਦੇ ਆਂ ਇੱਕ ਸੰਕਲਪ ਦੇ ਵਿੱਚ ਤੁਸੀਂ ਸਭ ਕੁਝ ਕਰ ਸਕਦੇ ਆਂ ਮੈਂ ਤਾਂ ਸੰਕਲਪ ਤਾਂ ਕਰਾਂ ਜੇ ਤੁਹਾਡਾ ਸੰਕਲਪ ਜਿਹੜਾ ਹੈਗਾ ਹੁਣ ਉਹ ਅਧੂਰਾ ਹੋ ਗਿਆ ਹੋਵੇ ਕਿੰਨੇ ਇੰਨੀ ਮੈਨੂੰ ਕਹਿਣ ਦੀ ਢੇਰ ਸੀ ਕਿ ਭਗਵਾਨ ਜਿਹੜੇ ਸੀ ਕਹਿੰਦੇ ਉਸੇ ਟਾਈਮ 'ਚ ਇੱਕਦਮ ਕਹਿੰਦੇ ਚੁੱਪ ਕਰ ਗਏ ਕਹਿੰਦੇ ਪੱਥਰ ਦੀ ਮੂਰਤੀ ਵਾਂਗੂ ਮੈਨੂੰ ਤੱਕਣ ਲੱਗ ਪਏ ਜਦੋਂ ਕਹਿੰਦੇ ਤੱਕਣ ਲੱਪੇ ਕਹਿੰਦੇ ਵੀ ਉਹਨਾਂ ਨੇ ਜਿਹੜਾ ਸੀ ਹੋਰ ਕੁਝ ਨਹੀਂ ਕਿਹਾ ਤੇ ਕਹਿੰਦੇ ਫਿਰ ਮੈਨੂੰ ਕਹਿਣ ਲੱਗੇ ਕਿ ਅਗਰ ਤੂੰ ਮੇਰੇ ਸੰਕਲਪ ਦੀ ਗੱਲ ਕਰਦਾ ਹੈ ਤੇ ਤੂੰ ਆਪਣਾ ਸੰਕਲਪ ਜਿਹੜਾ ਹੈਗਾ ਉਹ ਕਰਨਾ ਨਹੀਂ ਚਾਹੁੰਦਾ ਤੇ ਫਿਰ ਤੂੰ ਇਹ ਕਿਉਂ ਅੰਦਰ ਜਿਹੜੀਆਂ ਵਿਚਾਰਾਂ ਕਰ ਰਿਹਾ ਹੈਗਾ ਕਿ ਇਹ ਜਿਹੜੇ ਲੋਕੀ ਭੁੱਖਮਰੀ ਦਾ ਸ਼ਿਕਾਰ ਹੋਏ ਆ ਇਹਨਾਂ ਵਾਸਤੇ ਕੋਈ ਰੋਟੀ ਦਾ ਕੋਈ ਬਸਤਰ ਦਾ ਬੰਦੋਬਸ ਹੋ ਜਾਵੇ ਤੇ ਕਹਿੰਦੇ ਵੀ ਇਹ ਤੂੰ ਫਿਰ ਕਿਉਂ ਸੋਚ ਰਿਹਾ ਹੈਗਾ ਜਦ ਇੰਨੀ ਗੱਲ ਹੋਈ ਤੇ ਸੰਤ ਸੰਪੂਰਨानंद ਜੀ ਕਹਿੰਦੇ ਮੈਂ ਭਗਵਾਨ ਦੇਗੇ ਹੱਥ ਜੋੜ ਕੇ ਆਖਿਆ ਕਿ ਕੀ ਕਰਾਂ ਮੇਰੇ ਬਸ ਦੀ ਗੱਲ ਨਹੀਂ ਹੈ ਮੈਨੂੰ ਇਹਨਾਂ ਜੀਵਾਂ ਤੇ ਬਹੁਤ ਜ਼ਿਆਦਾ ਤਰਸ ਆ ਰਿਹਾ ਹੈਗਾ ਇਸ ਕਰਕੇ ਮੇਰੇ ਮਨ ਦੇ ਵਿੱਚ ਇਹ ਤਰਸ ਦੀ ਜੋ ਭਾਵਨਾ ਪੈਦਾ ਹੋਈ ਆ ਉਹਦੇ ਵਿੱਚ ਇਹ ਖਿਆਲ ਹੋਣੀ ਕੁਦਰਤੀ ਹੈਗੇ ਆ ਕਿਉਂਕਿ ਅਸੀਂ ਸਾਧੂ ਸੰਤਾਂ ਸਾਧੂ ਦਾ ਕੰਮ ਹੈ ਦਇਆ ਕਰਨੇ ਸੋ ਅਸੀਂ ਜਿਹੜੀ ਹੈਗੀ ਦਇਆ ਵਾਸਤੇ ਕਹਿੰਦੇ ਅਰਜ਼ੋਈ ਤਾਂ ਕਰ ਸਕਦੇ ਆ ਕਰਨਾ ਨਹੀਂ ਕਰਨਾ ਇਹ ਢਾਡੇ ਬਸ ਦੇ ਵਿੱਚ ਹੁੰਦਾ ਹੈਗਾ ਢਾਡਾ ਆਪਣਾ ਸੰਕਲਪ ਹੈਗਾ ਕਿ ਤੁਸੀਂ ਇਹਨਾਂ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣਾ ਜਾਂ ਮਾਰਨਾ ਇਹਦੇ ਵਿੱਚ ਮੇਰਾ ਕੋਈ ਦਖਲ ਨਹੀਂ ਹੈਗਾ ਪਰ ਹਾਂ ਮੈਂ ਇਹਨਾਂ ਦੀ ਇਹ ਹਾਲਤ ਦੇਖ ਕੇ ਰੋ ਸਕਦਾ ਹੈਗਾ ਦਇਆ ਕਰ ਸਕਦਾ ਹੈਗਾ ਆਪ ਜੀ ਦੇ ਅੱਗੇ ਨਰੰਕਾਰ ਅੱਗੇ ਬੇਨਤੀ ਕਰ ਸਕਦਾ ਕਿ ਇਹਨਾਂ ਜੀਵਾਂ ਤੇ ਵੀ ਦਇਆ ਕਰੋ ਕਿਉਂਕਿ ਤੁਸੀਂ ਵੀ ਦਇਆ ਦੇ ਸਾਗਰ ਹੋ ਤੇ ਇਹ ਦਇਆ ਤੁਸੀਂ ਮੇਰੇ ਮਨ 'ਚ ਭਰੀ ਹੈਗੀ ਆ ਤੇ ਅਗਰ ਤੁਸੀਂ ਕੁਛ ਨਹੀਂ ਕਰਨਾ ਤੇ ਫਿਰ ਰੋਣ ਦਾ ਹੱਕ ਤਾਂ ਮੈਨੂੰ ਹੈਗਾ ਇਹਨਾਂ ਜੀਵਾਂ ਦੀ ਤਰਸਯੋਗ ਹਾਲਤ ਦੇਖ ਕੇ ਜਦ ਕਿ ਨੇ ਮੈਂ ਇਹ ਗੱਲ ਜਿਹੜੀ ਸੀ ਇਹ ਭਗਵਾਨ ਦੇ ਨਾਲ ਸਿੱਧੀ ਕੀਤੀ ਤੇ ਕਹਿੰਦੇ ਮੇਰੀ ਗੱਲਬਾਤ ਨੂੰ ਸੁਣ ਕੇ ਕਹਿੰਦੇ ਭਗਵਾਨ ਜਿਹੜੇ ਸੀ ਬੜੇ ਗੰਭੀਰ ਹੋ ਗਏ ਗੰਭੀਰ ਹੋਣ ਤੋਂ ਬਾਅਦ ਕਹਿੰਦੇ ਫਿਰ ਜੱਕ ਦਾ ਮੁਸਕਰਾਏ ਮੁਸਕਰਾ ਕੇ ਕਹਿੰਦੇ ਨਾਲ ਹੀ ਜਿਹੜੇ ਸੀਗੇ ਭਗਵਾਨ ਉਤੋਂ ਲੁਪਤ ਹੋ ਗਏ ਅਲੋਪ ਹੋ ਗਏ ਜਿਹੜੇ ਕਹਿੰਦੇ ਲੋਪ ਹੋ ਗਏ ਤੇ ਸੰਤ ਸਪੂਰਨਾਂ ਜੀ ਕਹਿੰਦੇ ਸੀ ਕਿ ਅਸੀਂ ਕਾਫੀ ਚਿਰ ਇਸ ਅਨੰਦ ਦੇ ਵਿੱਚ ਬੈਠੇ ਵੀ ਰਹੇ ਅਚਨ ਚੇਤੇ ਕਹਿੰਦੇ ਅਸੀਂ ਕੀ ਦੇਖਿਆ ਕਿ ਦੋ ਚਾਰ ਪ੍ਰੇਮੀ ਆਏ ਉਹਨਾਂ ਨੇ ਕੁਛ ਕਹਿੰਦੇ ਫਲ ਫਰੂਟ ਕੁਛ ਭੋਜਨ ਦੀ ਸਮਗਰੀ ਰੱਖ ਕੇ ਕਹਿੰਦੇ ਸਾਨੂੰ ਮੱਥਾ ਟੇਕਿਆ ਤੇ ਸਾਨੂੰ ਕਹਿਣ ਲੱਗੇ ਕਿ ਮਹਾਂਪੁਰਖੋ ਇਹ ਆ ਛੋਟਾ ਜਿਹਾ ਥੋੜਾ ਜਿਹਾ ਪਦਾਰਥ ਹੈਗਾ ਤੁਸੀਂ ਹਣ ਭੋਜ ਪੰਡਾਰਾ ਕਰ ਲਓ ਕਹਿੰਦੇ ਇੰਨੀ ਗੱਲ ਹੋਈ ਤੇ ਮੈਂ ਉਹਨਾਂ ਨੂੰ ਆਖਿਆ ਕਿ ਮੈਂ ਕੀ ਭੋਜ ਭੰਡਾਰਾ ਕਰਨਾ ਹੈਗਾ ਮੇਰੇ ਸਾਹਮਣੇ ਤਾਂ ਹਜ਼ਾਰਾਂ ਲੱਖਾਂ ਲੋਕੀ ਪ੍ਰਾਣੀ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਤੇ ਕਹਿੰਦੇ ਵੀ ਸਾਧੂ ਦਾ ਧਰਮ ਨਹੀਂ ਹੈ ਕਿ ਦੂਜੇ ਲੋਕੀ ਜਿਹੜੇ ਭੁੱਖਮਰੀ ਦਾ ਸ਼ਿਕਾਰ ਹੋ ਤੇ ਸਾਧੂ ਜਿਹੜਾ ਹੈਗਾ ਰਾਜ ਪੁੱਜ ਕੇ ਸੌਂ ਜਵੇ ਕਹਿੰਦੇ ਵੀ ਮੈਂ ਵੀ ਜਿਹੜਾ ਹੈਗਾ ਤਦ ਤੱਕ ਭੋਜ ਨਹੀਂ ਕਰਨਾ ਜਦ ਤੱਕ ਇਹ ਜਿਹੜੇ ਭੁੱਖੇ ਲੋਕੀ ਜਿਹੜੇ ਹੈ ਉਹ ਬਿਲਕੁਲ ਹੈਗੇ ਆ ਬੱਚੇ ਤੜਫ ਰਹੇ ਆ ਉਹਨਾਂ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਆਂਦਾ ਬੰਦਵਸਤ ਨਹੀਂ ਹੋ ਜਾਂਦਾ ਕਿੰਨੇ ਜਾਨ ਨਹੀਂ ਗੱਲ ਹੋਈ ਤਾਂ ਕਹਿੰਨ ਲੱਗੇ ਕੋਈ ਗੱਲ ਨਹੀਂ ਜਿੰਨਾ ਪਦਾਰਥ ਅਸੀਂ ਆਪ ਤਿਆਰ ਕਰਦੇ ਆਂ ਤੇ ਇੱਥੇ ਭੰਡਾਰੇ ਲਾਉਂਦੇ ਆਂ ਉਸ ਤੋਂ ਬਾਅਦ ਕਹਿੰਦੇ ਵੀ ਉਹਨਾਂ ਨੇ ਉਹ ਜਿਹੜੀ ਸਮਗਰੀ ਥੋੜੀ ਲਿਆਂਦੀ ਸੀ ਉਹ ਦਾ ਆਪ ਭੋਜ ਭੰਡਾਰਾ ਕੀਤਾ ਕਹਿੰਦੇ ਆਪ ਵੀ ਛਕਿਆ ਕੁਝ ਕਹਿੰਦੇ ਭੁੱਖ ਮਰੀ ਦੇ ਲੋਕੀ ਸੀ ਜਿਹੜੀ ਅਕਬਲ ਦੀ ਦੇਖ ਕੇ ਕਹਿੰਦੇ ਸਾਡੇ ਪਾਸੇ ਆ ਗਏ ਇਸ ਤਰ੍ਹਾਂ ਕਹਿੰਦੇ ਵੀ ਇਹ ਜਿਹੜਾ ਸਿਲਸਲਾ ਸਗਾ ਭੋਜ ਭੰਡਾਰੇ ਦਾ ਸ਼ੁਰੂ ਹੋ ਗਿਆ ਤੇ ਸੰਤ ਸੰਪੂਰਨਾਂ ਜੀ ਦੱਸਦੇ ਸੀਗੇ ਕਿ ਉਸ ਕਾਲ ਦੇ ਵਿੱਚ ਭੁੱਖਮਰੀ ਦੇ ਵਿੱਚ ਪਤਾ ਨਹੀਂ ਕਹਿੰਦੇ ਵੀ ਕਿੱਥੋਂ-ਕਿੱਥੋਂ ਪਦਾਰਥ ਜਿਹੜੇ ਸੀ ਸਾਡੇ ਪਾਸ ਪਹੁੰਚਦੇ ਰਹੇ ਸੰਗਤਾਂ ਕਹਿੰਦੇ ਵੀ ਆਪ ਹੀ ਜਿਹੜੇ ਸੀ ਉਹ ਲੰਗਰ ਤਿਆਰ ਕਰਦੀਆਂ ਰਹੀਆਂ ਤੇ ਸੰਗਤਾਂ ਨੂੰ ਕਹਿੰਦੇ ਵੀ ਜਿਹੜੇ ਲੰਗਰ ਸੀਗੇ ਕਹਿੰਦੇ ਉਹ ਛਕਾਉਂਦੇ ਰਹੇ ਤੇ ਸੰਦ ਸੰਪੂਰਨ ਦਾ ਜੀ ਕਹਿੰਦੇ ਸੀ ਕਹਿੰਦੇ ਵੀ ਹੈਰਾਨੀ ਦੀ ਗੱਲ ਇਹ ਆ ਕਿ ਇੱਕ ਦਿਨ ਦੇ ਵਿੱਚ 1 ਲੱਖ ਤੋਂ ਵੱਧ ਪ੍ਰਾਣੀ ਜਿਹੜੇ ਸੀਗੇ ਰੋਜ਼ ਕਹਿੰਦੇ ਵੀ ਸਾਡੇ ਇਸ ਸਥਾਨ ਤੇ ਲੰਗਰ ਛਕਦੇ ਸੀਗੇ ਤੇ ਕਹਿੰਦੇ ਹੁਣ ਇਹ ਸਾਰਾ ਬੰਦਵਸਤ ਕੌਣ ਕਰ ਰਿਹਾ ਹੈਗਾ ਕਿੱਥੋਂ ਪਦਾਰਥ ਆ ਰਿਹਾ ਕੌਣ ਬਣਾ ਰਿਹਾ ਕੀ ਕਰ ਰਿਹਾ ਹੈਗਾ ਇਹ ਤਾਂ ਸਭ ਕਹਿੰਦੇ ਉਸ ਭਗਵਾਨ ਦੀ ਲੀਲਾ ਹੈਗੀ ਆ ਜਿਸ ਭਗਵਾਨ ਨੇ ਕਹਿੰਦੇ ਇਹ ਭੁੱਖਮਰੀ ਦਾ ਜਿਹੜਾ ਸਮਾਂ ਸੀਗਾ ਕਿਵੇਂ ਕਹਿੰਦੇ ਸਾਡੇ ਤਰਸ ਦੀ ਹਾਲਤ ਨੂੰ ਜਾਣ ਕੇ ਕਹਿੰਦੇ ਆਪ ਵੀ ਲੀਲਾ ਕਰਕੇ ਤੇ ਲੋਕਾਂ ਦੀ ਭੁੱਖਮਰੀ ਦੂਰ ਕੀਤੀ ਤੇ ਇਹ ਜਿਹੜੇ ਭੋਜ ਭੰਡਾਰੇ ਸੀ ਉਹਨਾਂ ਸਮਿਆਂ ਦੇ ਵਿੱਚ ਕੀਤੇ ਉਸ ਤੋਂ ਬਾਅਦ ਸੰਤ ਕਹਿਣ ਲੱਗੇ ਕਿ ਜਿਸ ਤਰ੍ਹਾਂ ਕਹਿੰਦੇ ਦੂਰੋਂ ਦੂਰੋਂ ਪਤਾ ਲੱਗਦਾ ਹੈਗਾ ਸੰਗਤਾਂ ਆਉਂਦੀਆਂ ਗਈਆਂ ਸਾਡੇ ਸਥਾਨ ਦੇ ਉੱਤੇ ਰਹਿਣਾ ਵੀ ਕਹਿੰਦੇ ਵੀ ਉਹਨਾਂ ਨੂੰ ਪਤਾ ਵੀ ਇੱਥੇ ਜਿਹੜੇ ਹੈਗੇ ਆ ਉਹ ਲੰਗਰ ਚੱਲ ਰਹੇ ਆ ਉਸ ਤੋਂ ਬਾਅਦ ਕਹਿੰਦੇ ਵੀ 1 ਲੱਖ ਤੋਂ ਉੱਪਰ ਸੰਗਤ ਵੱਧ ਗਈ ਹੌਲੀ ਹੌਲੀ ਕਹਿੰਦੇ ਵੀ ਦੇਖੋ ਪਿੰਡਾਂ ਦੇ ਵਿੱਚ ਫਿਰ ਕਹਿੰਦੇ ਬਾਰਸ਼ਾਂ ਹੋਈਆਂ ਬਾਰਸ਼ਾਂ ਹੋਣ ਤੋਂ ਬਾਅਦ ਦੁਬਾਰਾ ਕਹਿੰਦੇ ਫਿਰ ਫਸਲਾਂ ਜਿਹੜੀਆਂ ਲਹਿਰ ਕਹਿੰਦੇ ਵੀ ਆਪਣੇ ਜੋ ਬੰਤੇ ਆਈਆਂ ਫਿਰ ਕਹਿੰਦੇ ਮੁੜ ਕੇ ਜਿਹੜੀ ਸੀ ਉਹ ਕਟਾਈ ਵਢਾਈ ਸ਼ੁਰੂ ਹੋ ਗਈ ਇਸ ਤਰ੍ਹਾਂ ਕਹਿੰਦੇ ਵੀ ਘਰ ਦੇ ਵਿੱਚ ਫਿਰ ਦੁਬਾਰਾ ਜਿਹੜੀ ਸੀ ਉਹ ਆnde ਭੰਡਾਰ ਜਮਾ ਹੋਣ ਲੱਗ ਪਏ ਲੋਕੀ ਕਹਿੰਦੇ ਆਪਣੇ ਆਪਣੇ ਨਗਰਾਂ ਨੂੰ ਪਿੰਡਾਂ ਨੂੰ ਵਾਪਸ ਮੁੜਨ ਲੱਗੇ ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਕਾਲ ਦਾ ਸਮਾਂ ਸੀਗਾ ਇਸ ਭੁੱਖਮਰੀ ਦਾ ਉਹ ਸਮਾਂ ਤਕਰੀਬਨ ਕਹਿੰਦੇ ਵੀ 7-8 ਮਹੀਨੇ ਦੇ ਵਿੱਚ ਕਹਿੰਦੇ ਵੀ ਉਹ ਸਮਾਪਤ ਹੋਇਆ ਪਰ ਇਹਨਾਂ 7-8 ਮਹੀਨੇ ਸਮਿਆਂ ਦੇ ਵਿੱਚ ਕਹਿੰਦੇ ਵੀ ਸਾਡੇ ਪਾਸ ਇਹ ਲੰਗਰ ਦੇ ਪਦਾਰਥ ਕਹਿੰਦੇ ਸਾਨੂੰ ਵੀ ਸਮਝਣੀ ਸੀ ਹੁੰਦੀ ਕਿ ਕਿੱਥੋਂ ਆਉਂਦਾ ਇੰਨਾ ਲੰਗਰ ਤੇ ਕਿਵੇਂ ਸੰਗਤਾਂ ਬਣਾਉਂਦੀਆਂ ਤੇ ਕਿਵੇਂ ਸਿਖਾਉਂਦੀਆਂ ਇਹ ਸਭ ਕਹਿੰਦੇ ਵੀ ਉਸ ਪਰਿਪੂਰ ਪ੍ਰਮਾਤਮਾ ਦੀ ਲੀਲਾ ਸੀਗੀ ਉਹਦੀ ਰਚਨਾ ਸੀਗੀ ਜਿਸ ਦਾ ਕਾਰਜ ਇਤੇ ਸੇ ਹੀ ਕੀਆ ਮਾਨ ਹੈ ਕਿ ਬਚਾਰਾ ਰਾਮ ਜੇ ਦਾ ਕਾਰਜ ਸਗਾ ਉਹਨੇ ਕੀਤਾ ਬੰਦਾ ਵਿਚਾਰਾ ਕੀ ਕਰ ਸਕਦਾ ਹੈਗਾ ਇਹ ਜਿਹੜੀ ਸੀ ਘਟਨਾ ਸੰਤ ਸੰਪੂਰਨ ਅਨੰਦ ਮਹਾਰਾਜ ਨੇ ਜਿਹੜੀ ਸੀ ਇਹ ਮਹਾਪੁਰਖਾਂ ਦੇ ਨਾਲ ਸਾਂਝੀ ਕੀਤੀ ਸੀਗੀ ਔਰ ਇਸ ਘਟਨਾ ਤੋਂ ਸਾਨੂੰ ਇਸ ਗੱਲ ਦਾ ਜਿਹੜਾ ਹੈਗਾ ਉਹ ਜੇਕਰ ਮਿਲਦਾ ਹੈਗਾ ਜਾਂ ਸਿੱਖਿਆ ਮਿਲਦੀ ਹੈਗੀ ਆ ਕਿ ਵਾਹਿਗੁਰੂ ਜਿਹੜਾ ਹੈਗਾ ਉਹ ਸਦਾ ਹੀ ਦਇਆਵਾਨ ਹੈ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਤੇ ਜੀ सगळ ਕੋ ਦੇਦਾਨ ਸਾਰਿਆਂ ਨੂੰ ਕਹਿੰਦੇ ਉਹ ਦਾਨ ਦਿੰਦਾ ਹੈਗਾ ਇਸ ਕਰਕੇ ਉਹ ਆਪਣੀ ਲੀਲਾ ਪਚਾਪ ਵੀ ਵਰਤਦਾ ਹੈਗਾ ਇਸ ਕਰਕੇ ਵਾਹਿਗੁਰੂ ਦਾ ਜਿਹੜਾ ਪੱਲਾ ਹੈਗਾ ਸਦਾ ਹੀ ਉਹਦੇ ਹੁਕਮ ਦੇ ਵਿੱਚ ਉਹਦੀ ਰਜਾ ਦੇ ਵਿੱਚ ਕਹਿੰਦੇ ਸਾਨੂੰ ਹਮੇਸ਼ਾ ਫੜ ਕੇ ਚੱਲਣਾ ਚਾਹੀਦਾ ਹੈਗਾ ਔਰ ਵਾਹਿਗੁਰੂ ਦੀ ਪ੍ਰਸੰਤਾ ਵਿੱਚ ਹੀ ਕਹਿੰਦੇ ਵੀ ਸੰਤਾਂ ਮਹਾਪੁਰਖਾਂ ਦੀ ਪ੍ਰਸੰਤਾ ਹੁੰਦੀ ਆ ਔਰ ਸੰਤ ਮਹਾਪੁਰਖਾਂ ਦਾ ਇੱਕ ਵੀ ਜਿਹੜਾ ਸੰਕਲਪ ਹੈਗਾ ਉਹ ਨਿਰੰਕਾਰ ਦਾ ਪਹਿਲ ਦੇ ਆਧਾਰ ਤੇ ਪੂਰਾ ਕਰਦਾ ਹੈਗਾ ਪਰ ਜਿਹੜੇ ਮਹਾਪੁਰਖ ਸੰਕਲਪ ਤੋਂ ਵੀ ਉੱਪਰ ਉੱਠ ਜਾਂਦੇ ਆ ਜਿਸ ਨੂੰ ਅਸੀਂ ਰਜਾ ਆਖਦੇ ਹਾਂ ਔਰ ਵਾਹਿਗੁਰੂ ਦੀ ਰਜਾ ਵਿੱਚ ਰਾਜੀ ਰਹਿੰਦੇ ਆ ਪਰ ਆਪਣੇ ਸੁਭਾਅ ਦੇ ਅਨੁਸਾਰ ਉਹ ਦਇਆ ਦੇ ਸਾਗਰ ਹੁੰਦੇ ਆ ਤੇ ਦਇਆ ਦੇ ਸਾਗਰ ਹੋਣ ਕਰਕੇ ਤੇ ਉਹ ਜਿਹੜੇ ਮਹਾਂਪੁਰਖ ਹੁੰਦੇ ਆ ਜੀਵਾਂ ਦੇ ਉੱਤੇ ਸਦਾ ਹੀ ਦਇਆ ਕਰਦੇ ਇਸੇ ਕਰਕੇ ਗਰਵਾਣੀ ਨੇ ਆਖਿਆ ਕਿ ਜਨਮ ਮਰਨ ਦੋਹੂ ਮੇ ਨਹੀਂ ਜਨ ਪਰਉਪਕਾਰੀ ਆਏ ਜੀ দান ਦੇ ਭਗਤੀ ਲੈਣ ਹਰ ਸੋ ਲੈਣ ਮਲਾਏ ਸੁਦਾਸ ਇੰਨੇ ਕੋ ਬਜਨ ਹੀ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੀਵਾ ਦਾ ਜਾਜਕ ਹੋ ਆ ਜੀ ਹੋਇਆ ਬਿਆੰਤ ਭੁੱਲਣ ਚੁੱਕਾਂ ਦੀ ਖੀਵਾ ਬਖਸ਼ਣੀ ਸੋ ਫਤਿਹ ਬਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ